इस वीडियो को लाइक करें, हमारे चैनल को सब्सक्राइब कर बेल आइकन जरूर प्रेस करें हमारी न्यू वीडियो सबसे पहले देखने के लिए। हाँ जी भी जी, सारे वीर सत श्रीकाल जी। भी जी, अज फिर एक बफेलो दिखाने लगे थोनों जी, है सेल ले है जी। ठीक है जी, हम इन्होंने गलबात करेंगे कि मिल्क पेस्ट्री की की रिकॉर्ड है जी इन्हों का। ठीक है, घर की बफेलो जी, किसी व्यापारी को नहीं जी, व्यापारी ने व्यापारी कहने से आप हम भी गलबात करते आप। ठीक है जी। हाँ जी भी जी, सत श्रीकाल जी। सत श्रीकाल जी। ਵੀ ਜੀ, ਪਹਿਲਾਂ ਤਾਂ ਆਪਦੇ ਬਾਰੇ ਡਿਟੇਲ ਦੱਸੋ ਸਾਰੀ ਯਾਰ ਜੀ। ਮੇਰਾ ਨਾਮ ਵੀਰੇ ਬਲਦੇਵ ਸ਼ਰਮਾ। ਠੀਕ ਹੈ ਜੀ। ਪਿੰਡ ਤਲਵੰਡੀ ਭਾਈ। ਠੀਕ ਹੈ ਜੀ। ਨੇੜੇ ਨਵਾਂ ਬੱਸ ਸਟੈਂਡ। ਠੀਕ ਹੈ ਜੀ। ਠੀਕ ਹੈ ਜੀ। ਅਤੇ ਡਿਸਟ੍ਰਿਕਟ ਕਿਹੜਾ ਪੈਂਦਾ ਜੀ? ਫਿਰੋਜ਼ਪੁਰ ਪੈਂਦਾ। ਵੀਰ ਜੀ, ਨੰਬਰ ਵੀ ਬੋਲੋ ਆਪਦਾ। 94786। ਠੀਕ ਹੈ ਜੀ। 48987। ਇੱਕ ਵਾਰੀ ਫਿਰ ਬੋਲ ਦਿਓ ਨੰਬਰ ਜੀ। 94786। ਠੀਕ ਹੈ ਜੀ। 48987। ਅਤੇ ਵੀਰ ਜੀ, ਹੁਣ ਇਹ ਦੱਸੋ ਆਪਣੇ ਕਿਹੜੇ ਕਿਹੜੇ ਐਨੀਮਲ ਸੇਲ ਆ, ਮਤਲਬ ਕਿ ਬਫੈਲੋ ਕਿੰਨੀਆਂ ਸੇਲ ਹੈ ਜੀ ਆਪਣੇ? ਇੱਕੋ ਸੇਲ ਹੈ ਜੀ। ਠੀਕ ਹੈ ਜੀ। ਇਸ ਟਾਈਮ ਵੀਰ ਜੀ ਗੱਬਣ ਹੈ ਜੀ ਇਹ? ਹਾਂ ਜੀ, ਗੱਬਣ ਹੈ ਜੀ। 10 ਦਿਨ ਰਹਿੰਦੇ ਸੋਨ ਤੇ। 10 ਦਿਨ ਲੈ ਜੀ ਸੋਨ ਤੇ। ਹਾਂ ਜੀ। ਤੇ ਵੀਰ ਜੀ, ਆਪਣੇ ਘਰ ਦੀ ਹੈ ਕਿ ਤੁਸੀਂ ਕਿਤੇ ਪਾਸੋਂ ਲੈ ਕੇ ਦਈਏ? ਘਰ ਦੀ ਹੈ ਜੀ। ਘਰ ਦੀ ਹੈ। ਠੀਕ ਹੈ ਜੀ। ਤੇ ਵੀਰ ਜੀ, ਪਿਛਲਾ ਫਿਰ ਦੁੱਧ ਕਿੰਨੇ ਚਵਾਈ ਕੀਤੀ ਤੁਸੀਂ ਦੀ? ਜੀ, ਪਿਛਲੇ ਸਵੇਰੇ ਤੁਹਾਨੂੰ 12 ਲੀਟਰ ਦੁੱਧ ਚਾਹੀਦਾ। 12 ਲੀਟਰ ਤੁਸੀਂ ਦੁੱਧ ਕੱਢਿਆ ਨੇ? ਹਾਂ ਜੀ ਹਾਂ ਜੀ, ਉਦੋਂ ਪਿਛਲੇ ਸਵੇਰੇ 10 ਲੀਟਰ ਦਿੰਦੀ। ਠੀਕ ਹੈ। ਤੇ ਵੀਰ ਜੀ, ਐਰਕੀ ਫਿਰ ਸਿਮਨ ਤੁਸੀਂ ਕਿਹੜਾ ਭਰਾਇਆ ਜੀ ਫਿਰ ਦੇ? ਟੀਕਾ ਕਿਹੜਾ ਭਰਾਇਆ ਜੀ? ਐਰਕੀ ਇਹਦਾ ਟੀਕਾ ਜੀ ਸਰਕਾਰੀ ਡਾਕਟਰ ਤੋਂ ਭਰਾਇਆ ਸੀਗਾ ਜੀ। ਅੱਛਾ, ਗਵਰਨਮੈਂਟ ਪੰਜਾਬ, ਗਵਰਨਮੈਂਟ ਪੰਜਾਬ ਤੋਂ। ਠੀਕ ਹੈ। ਤੇ ਵੀਰ ਜੀ, ਫਿਰ ਖੋਲ੍ਹ ਲਿਆ ਬਾਣਾ ਤੋਰੀਏ ਫਿਰ ਮਾਣਾ ਜੀ ਇਹਨੂੰ। ਉਹ ਚਵਾਈ ਚੂ ਬਿਲਕੁਲ ਓਕੇ ਹੈ ਜੀ? ਚਵਾਈ ਬਿਲਕੁਲ ਓਕੇ ਹੈ ਜੀ। ਠੀਕ, ਧਾਰ ਕੋਈ ਬਿਲਕੁਲ 14 ਲੀਟਰ ਦੇ ਕਰੀਬ ਦੁੱਧ ਦੇਊਗੀ ਜੀ, ਉਹਨਾਂ ਨੂੰ ਉੱਪਰ ਜਾਊਗੀ ਤਾਂ ਨਹੀਂ ਆਉਂਦੀ। ਅੱਛਾ, ਠੀਕ ਠੀਕ ਹੈ ਜੀ। ਠੀਕ ਹੈ, ਤੋਰ ਲਓ ਜੀ ਮਾੜਾ, ਐਂ ਘੁਮਾਲਾ ਜੀ। ਇੱਕ ਵਾਰੀ ਲੰਮੀ ਤੋਰ ਲਿਆ, ਇੱਧਰ ਤੋਰ ਲਿਆ। ਬਿਲਕੁਲ ਸਾਫ ਹੈ ਜੀ, ਹੈ ਜੀ, ਬਿਲਕੁਲ ਸਾਫ ਹੈ ਜੀ, ਚਵਾਈ ਬਹੁਤ ਵਧੀਆ ਮਿਲਦੀ ਹੈ। ਬਿਲਕੁਲ ਜੀ, ਬਸ ਨਹੀਂ ਹੈ ਜੀ, ਥਾਣਾ ਲਓ, ਚਲੋ ਦਿੱਕਤ ਨਾ ਕੋਈ ਆਵੇ। ਬਾਕੀ ਜੇ ਦੁੱਧ ਕਿਲੋ ਸਾਫ ਹੈ, ਚਵਾਈ ਵੱਲੋਂ ਕੋਈ ਦਿੱਕਤ ਨਹੀਂ। ਕਿਲੋ 2 ਕਿਲੋ ਦੁੱਧ ਘੱਟ ਹੋ ਜਾਓ ਵੱਖਰੀ ਗੱਲ ਹੈ ਜੀ। ਚਵਾਈ ਬਹੁਤ ਪੋਲੀ ਹੈ ਜੀ, ਗੰਨੇ ਨੂੰ ਧਾਰ ਪਊਗੀ। ਤੁਹਾਡੇ ਸਾਨੂੰ 10 ਦਿਨ ਲੈ ਜਾਣੇ, ਚਲ 5-4 ਦਿਨ ਉੱਪਰ ਆ ਜਾਏ, 15 ਦਿਨ ਲੈ ਜਾਓ ਘੱਟੋ ਘੱਟ। ਹਾਂਜੀ ਹਾਂਜੀ, ਬਸ 5 ਦਿਨ ਜੀ ਟੈਂਪੂ ਹੀ ਹੋਣਾ। ਅੱਛਾ, ਠੀਕ ਠੀਕ। ਹਾਂਜੀ, ਬੰਦ ਹੋ ਜੀ, ਬੰਦ ਹੋ। ਤੇ ਵੀਰ ਜੀ, ਫਿਰ ਇਹਦਾ ਮੁੱਲ ਕੀ ਹੈ ਜੀ? ਇਹਦਾ ਮੁੱਲ ਵੀਰ ਜੀ 80,000 ਰੁਪਏ। 80,000 ਰੁਪਏ? ਹਾਂ ਜੀ। ਚਲੋ, ਮੌਕੇ ਤੁਸੀਂ ਮਾਨਦਾ ਜ਼ਰੂਰ ਕਰੋਗੇ, ਹੈ ਜੀ, ਉਹ ਤਾਂ ਮਾਨਦਾ ਹੋ ਜੂ। ਹਾਂ, ਚਲੋ, ਤੁਸੀਂ ਨੰਬਰ ਤੁਸੀਂ ਆਹਦਾ ਬੋਲਤਾ ਜੀ। ਹਾਂ ਜੀ। ਤੇ ਨੰਬਰ ਵੀਰ ਮੈਂ ਤੇ ਆਹਦਾ ਹੋਣੀ ਰੱਖਿਆ ਜੀ। ਠੀਕ ਹੈ, ਜੋ ਕਿਸੇ ਵੀਰ ਦਾ ਫੋਨ ਆਇਆ ਤੁਸੀਂ ਗੱਲਬਾਤ ਕਰ ਲਿਆ ਜੀ, ਜਿਹੜੀ ਡਿਟੇਲ ਪੁੱਛਣ ਦੱਸਦੇ। ਠੀਕ ਹੈ ਜੀ। ਹਾਂਜੀ, ਚਲੋ ਠੀਕ ਹੈ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।